ਆਮ ਆਦਮੀ ਪਾਰਟੀ ਦੇ ਕੁਝ ਵੱਡੇ ਤੇ ਅਹਿਮ ਲੀਡਰ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਜਾਣ ਲਈ ਕਾਹਲੇ ਨੇ, ਕਿਹੜੇ ਤੇ ਕਿੱਥੋਂ ਇਹ ਇਸ਼ਾਰਾ ਹੋਇਆ, ਕੌਣ ਇਹ ਗੱਲ ਕਰ ਰਿਹਾ ਕਿ ਬਾਕੀ ਇਹ ਸੱਚਾਈ ਆ, ਇਸ ਤੇ ਅਹਿਮ ਜਿਹੜੀ ਆ ਚਰਚਾ ਕਰਨੀ ਹੈ। ਆਉਣ ਵਾਲੇ ਦਿਨਾਂ 'ਚ ਬਹੁਤ ਵੱਡੇ ਪੱਧਰ ਤੇ ਉਥਲ ਪੁਥਲ ਜਿਹੜੀ ਆ ਕਹਿੰਦੇ ਹੋਣੀ ਹੈ, ਇਸ ਤੇ ਅਹਿਮ ਚਰਚਾ ਕਰਾਂਗੇ। ਨਾਲ ਹੀ ਨਾਲ ਚਰਚਾ ਜਿਹੜੀ ਆ ਕਾਂਗਰਸ ਦੀ ਅੱਜ ਮੀਟਿੰਗ ਜਿਹੜੀ ਹੋਈ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ, ਉਸ ਤੇ ਵੀ ਅਹਿਮ ਜਿਹੜੀ ਆ ਚਰਚਾ ਕਰਨੀ ਹੈ ਕਿ ਉੱਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ। ਔਰ ਨਾਲ ਹੀ ਨਾਲ ਚਰਚਾ ਜਿਹੜੀ ਆ ਉਹ ਕਰਾਂਗੇ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਅੱਜ ਭਗਵੰਤ ਮਾਨ ਕਸੂਤੇ ਫਸਾ ਦਿੱਤੇ ਗਏ ਆ। ਅਹਿਮ ਜਿਹੜੀ ਅੱਜ ਇੱਕ ਪ੍ਰੈਸ ਕਾਨਫਰੰਸ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਕੀਤੀ ਗਈ ਆ, ਜਿਹਦੇ ਵਿੱਚ ਇੱਕ ਵੱਡੇ ਘੁਟਾਲੇ ਦੇ ਜਿਹੜੇ ਤੱਥ ਸੁਖਪਾਲ ਸਿੰਘ ਖਹਿਰਾ ਨੇ ਬਾਹਰ ਕੱਢੇ ਨੇ, ਜਿਸ ਤੋਂ ਬਾਅਦ ਭਗਵੰਤ ਮਾਨ ਕਸੂਤੇ ਫਸਦੇ ਦਿਖਾਈ ਦੇ ਰਿਹਾ। ਕੀ ਕੁਝ ਗੱਲਬਾਤ ਹੈ, ਕੀ ਤੱਥ ਨੇ, ਕੀ ਮਾਮਲਾ ਕੀ ਹੈ, ਇਸ ਤੇ ਅਹਿਮ ਚਰਚਾ ਕਰਨੀ ਹੈ। ਉਧਰ ਭਗਵੰਤ ਮਾਨ ਕਹਿੰਦੇ ਕਿ ਮੇਰੇ ਲਈ ਸਭ ਤੋਂ ਅਹਿਮ ਸੀਟਾਂ ਨੇ ਜਲੰਧਰ ਅਤੇ ਸੰਗਰੂਰ, ਜੇ ਇਹ ਦੋ ਅਹਿਮ ਨੇ ਤੇ ਬਾਕੀ 11 ਤੇ ਕੀ ਭਗਵੰਤ ਮਾਨ ਨੇ ਹਾਰ ਮੰਨ ਲਈ ਹੈ, ਜਾਂ ਭਗਵੰਤ ਮਾਨ ਉਹਨਾਂ ਨੂੰ ਕਹਿ ਲਓ ਕਿ ਜਿੱਤੀਆਂ ਮੰਨਦੇ ਆ, ਜਾਂ ਕੀ ਕੁਝ ਗੱਲਬਾਤ ਹੈ, ਇਸ ਤੇ ਵੀ ਅਹਿਮ ਜਿਹੜੀ ਚਰਚਾ ਅਸੀਂ ਕਰਨੀ ਹੈ। ਉਧਰ ਨਾਲ ਹੀ ਨਾਲ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ ਜੁੜੇ ਆ। ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਭੱਟੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ ਤੁਹਾਡਾ। ਸ਼ੁਕਰੀਆ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਭੱਟੀ ਸਾਹਿਬ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵੱਲੋਂ ਅੱਜ ਇੱਕ ਬਹੁਤ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ, ਜਿਹਦੇ ਵਿੱਚ ਇੱਕ ਅਹਿਮ ਤੱਥ, ਅਹਿਮ ਸਬੂਤ, ਅਹਿਮ ਦਸਤਾਵੇਜ਼ ਉਹਨਾਂ ਨੇ ਦਿਖਾਏ ਆ। ਇੱਕ ADGP ਇੰਟੈਲੀਜੈਂਸ ਦੀ ਰਿਪੋਰਟ ਜਿਹੜੀ ਦਿਖਾਈ ਆ, ਜਿਹਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਈ ਉਹਨਾਂ ਨੇ ਰਿਪੋਰਟ ਕੀਤੀ ਹੈ ਕਿ ਭਾਈ ਕਈ ਥਾਈ ਮਾਈਨਿੰਗ ਵਿਭਾਗ ਦੇ ਅਧਿਕਾਰੀ ਮਿਲ ਕੇ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਕਰ ਰਹੇ ਆ। ਉਹ ਪੱਤਰ 22 ਫਰਵਰੀ ਦਾ ਤੇ ਕਹਿੰਦੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹ ਕਹਿੰਦੇ ਕਾਰਵਾਈ ਹੋਈ ਕਿਉਂ ਨਹੀਂ, ਕਿ ਸਾਰਾ ਕੁਝ ਮਿਲੀ ਭੁਗਤ ਦੇ ਨਾਲ ਹੀ ਚੱਲੀ ਜਾ ਰਿਹਾ ਹੈ। ਕੀ ਕੁਝ ਗੱਲਬਾਤ ਤੇ ਹੋਰ ਕੋਈ ਕੀ ਕੁਝ ਕਹਿੰਦੇ ਆ ਸੁਖਪਾਲ ਸਿੰਘ ਖਹਿਰਾ, ਤੇ ਹਾਲੇ ਤੱਕ ਕਾਰਵਾਈ ਡਾਕਟਰ ਸਾਹਿਬ ਹੋਈ ਕਿਉਂ ਨਹੀਂ? ਸੁਖਵਿੰਦਰ ਜੀ, ਮੈਂ ਉਹ ਰਿਪੋਰਟ ਪੜ੍ਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ ਕਾਫੀ, ਤੇ ਕੁਛ ਅਖਬਾਰਾਂ ਨੇ ਵੀ ਉਹਨੂੰ ਚੱਕਿਆ, ਤੇ ਖਹਿਰਾ ਸਾਹਿਬ ਨੇ ਤਾਂ ਚਲੋ ਪ੍ਰੈਸ ਕਾਨਫਰੰਸ ਕਰਕੇ ਹੀ ਕਹਿ ਦਿੱਤਾ। ਕਈ ਵਾਰ ਇਸ ਤਰ੍ਹਾਂ ਦਾ ਵੀ ਹੁੰਦਾ ਕਿ ਜਾਲੀ ਰਿਪੋਰਟਾਂ ਵੀ ਕਈ ਵਾਰੀ ਸੋਸ਼ਲ ਮੀਡੀਆ ਤੇ ਆ ਜਾਂਦੀਆਂ ਨੇ, ਪਰ ਉਹ ਐਂ ਲੱਗਦਾ ਹੈ ਕਿ ਅਥੈਂਟਿਕ ਹੈਗੀ ਹੈ, ਪਰ ਉਹ ADGP ਇੰਟੈਲੀਜੈਂਸ ਵੱਲੋਂ ਲਿਖੀ ਗਈ ਹੈ 77 ਗੌਰਮੈਂਟ ਨੂੰ ਮਾਈਨਿੰਗ ਦੇ ਨਾਲ। 22 ਫਰਵਰੀ ਦੀ ਉਹਦੇ ਉੱਪਰ ਡੇਟ ਪਈ ਹੋਈ ਹੈ, ਤੇ ਇਹਦਾ ਮਤਲਬ ਇਹ ਹੈ ਕਿ ਲਗਭਗ 1.5 ਮਹੀਨਾ ਹੋ ਗਿਆ ਹੈ, ਕੋਈ ਕਾਰਵਾਈ ਨਹੀਂ ਹੋਈ, ਤੇ ਹੁਣ ਉਹ ਚਿੱਠੀ ਬਾਹਰ ਆ ਗਈ ਹੈ। ਔਰ ਉਹਦੇ ਚ ਬੜਾ ਹੀ ਮਤਲਬ, ਜੇ ਗੱਲ ਬਿਲਕੁਲ ਸੱਚੀ ਹੈ ਤੇ ਜੇ ਐਕਸ਼ਨ ਨਹੀਂ ਹੋਇਆ, ਫਿਰ ਤਾਂ ਸਰਕਾਰ ਦੇ ਲਈ ਮੈਂ ਸਮਝਦਾ ਬਹੁਤ ਹੀ ਇਹ ਚੱਪਣੀ ਚ ਨੱਕ ਡੋਬਣ ਵਾਲੀ ਗੱਲ ਹੈ। ਮਤਲਬ ਉਹਦੇ ਚ ਉਹਨਾਂ ਨੇ ਲਗਭਗ 8 ਜ਼ਿਲ੍ਹਿਆਂ ਦਾ, ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਹੁਸ਼ਿਆਰਪੁਰ, ਪਟਿਆਲਾ, ਮੋਗਾ, ਫਿਰੋਜ਼ਪੁਰ, ਇਹਨਾਂ ਜ਼ਿਲ੍ਹਿਆਂ ਦਾ ਉਹਦਾ ਜ਼ਿਕਰ ਹੈ, ਪਰ ਬਾਈ ਨੇਮ ਜਿਹੜੇ ਸਟੋਨ ਕ੍ਰਸ਼ਰਸ ਨੇ ਉਹਨਾਂ ਦੀ ਲਿਸਟ ਦਿੱਤੀ ਹੋਈ ਹੈ, ਨਾਲ ਜਿਹੜੇ ਉਹਨਾਂ ਪਿੰਡਾਂ ਦੇ ਬੰਦੇ ਨੇ ਉਹਨਾਂ ਦੇ ਐਡਰੈਸ ਦਿੱਤੇ ਹੋਏ ਨੇ ਕਿ ਜੀ ਆਹ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ। ਪਰ ਸਰਕਾਰ ਮਤਲਬ ਬਿਲਕੁਲ ਹੀ ਜੇ ਉਹਦੇ ਉੱਪਰ ਚੁੱਪ ਹੈ, ਔਰ ਜੇ ਗੱਲ ਸੱਚੀ ਹੈ ਤਾਂ ਫਿਰ ਤਾਂ ਮਿਲੀ ਭੁਗਤ ਤਾਂ ਬਿਲਕੁਲ ਹੀ ਕਲੀਅਰ ਹੈ। ਪਰ ਉਹਨੇ ਕੁਦਰਤੀ ਇਹ ਸਵਾਲ ਉਠਾਇਆ ਕਿ ਉਦੋਂ ਕਿਹਾ ਸੀ ਕਿ ਅਸੀਂ 20,000 ਕਰੋੜ ਹੈ ਜਿਹੜਾ ਰੈਵਨਿਊ ਦੇ ਵਿੱਚ ਅਸੀਂ ਮਾਈਨਿੰਗ ਚੋਂ ਲਿਆਵਾਂਗੇ, ਉਹ ਕਹਿੰਦੇ ਵੀ ਜਿਹੜਾ ਹੁਣ 2-2.5 ਕਰੋੜ ਆ ਰਿਹਾ, ਬਾਕੀ ਦਾ ਕਿੱਥੇ ਜਾ ਰਿਹਾ? ਇਹ ਸਾਨੂੰ ਦੱਸਿਆ ਜਾਵੇ, ਮਤਲਬ ਉਹਨੇ ਤਾਂ ਨੇਚੁਰਲੀ ਸਵਾਲ ਤਾਂ ਗੰਭੀਰ ਨੇ, ਪਰ ਮੇਰਾ ਖਿਆਲ ਇਹ ਹੈ ਵੀ ਸਰਕਾਰ, ਆਪਾਂ ਨੂੰ ਪਤਾ ਹੈ ਵੀ ਨੌਨ ਸੀਰੀਅਸ ਸਰਕਾਰ ਹੈ, ਇਹ ਸਾਰਾ ਜ਼ੋਰ ਇਹਨਾਂ ਦਾ ਹੁਣ ਇਸ ਗੱਲ ਤੇ ਲੱਗ ਜਾਣਾ ਹੈ ਵੀ ਕੋਈ ਹੋਰ ਪੈਰਲਲ ਸ਼ੋਸ਼ਾ ਖੜਾ ਕੀਤਾ, ਇਹਦੇ ਤੇ ਇਹ ਕੱਛੂ ਕੁੰਮਾ ਫੋਰਮ ਦੇ ਵਿੱਚ ਚਲੇ ਜਾਣਗੇ। ਮੇਰਾ ਅੰਦਾਜ਼ਾ ਇਹ ਹੈ, ਜਿਵੇਂ ਕਟਾਰੂ ਚੱਕ ਵਾਲੇ ਕੇਸ 'ਚ ਗਏ ਸੀ ਵੀ 4 ਲੱਤਾਂ ਤੇ ਸਿਰੀ ਅੰਦਰ, ਇਹਦੇ ਬਾਰੇ ਬਿਲਕੁਲ ਚੁੱਪ, ਤੇ ਉਹ ਤੋਂ ਬਾਅਦ ਦੇ ਵਿੱਚ ਕੋਈ ਹੋਰ ਨਵਾਂ ਸਟੰਟ ਕੋਈ ਖੜਾ ਕਰਕੇ ਕੋਈ ਐਵੇਂ ਹੀ ਕੋਈ ਮਤਲਬ ਨਾ ਜਿਹੜਾ ਇਹਦੇ ਤੋਂ ਵੀ ਵੱਡਾ ਹੋਵੇ ਮੀਡੀਆ 'ਚ ਜਿਹਨੂੰ ਪ੍ਰੋਜੈਕਟ ਕੀਤਾ ਜਾ ਸਕੇ, ਉਹ ਕਰਨਗੇ, ਜਾਂ ਫਿਰ ਇਹ ਵੀ ਖਹਿਰਾ ਸਾਹਿਬ ਤੇ ਕਦਾ ਕੇਸ ਹੋਰ ਦਰਜ ਹੋ ਜੂਗਾ। ਸੋ ਪਰ ਹੈ ਬੜੀ ਗੱਲ, ਜੇ ਉਹ ਸੱਚੀ ਮਿੱਚੀ ਇੰਟੈਲੀਜੈਂਸ ਮਹਿਕਮੇ ਦੀ ਰਿਪੋਰਟ ਹੈ ਤੇ ਸਰਕਾਰ ਦੇ ਕੋਲ ਹੈ, ਫਿਰ ਸਰਕਾਰ ਦਾ ਜਿਹੜਾ ਚੁੱਪ ਰਹਿਣਾ ਇਹਦੇ ਉੱਪਰ, ਇਹ ਤਾਂ ਹੋ ਨਹੀਂ ਸਕਦਾ ਕਿ ਪਤਾ ਹੀ ਨਹੀਂ ਲੱਗਿਆ ਹੋਵੇ ਜਾਂ ਡਿਸਕਸ ਹੀ ਨਾ ਹੋਈ ਹੋਵੇ ਜਾਂ ਅਫਸਰਾਂ ਨੇ ਦਿਖਾਈ ਹੋਈ ਨਾ ਹੋਵੇ 1.5 ਮਹੀਨਾ, ਇਹ ਤਾਂ ਨਹੀਂ ਸੰਭਵ ਹੈਗਾ। ਅੱਗੇ 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 ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ ਇਹ ਚੱਲ ਹੀ ਤਾਂ ਕੁਝ ਰਿਹਾ, ਫੜਦੇ ਹੀ ਇਹ ਚੀਜ਼ਾਂ ਤਾਂ ਨਹੀਂ, ਚਿੱਟਾ ਹੀ ਤਾਂ ਵਿਕਦਾ ਵੀ ਸਰਕਾਰਾਂ ਵਿਕਾਉਂਦੀਆਂ ਨੇ, ਇਹ ਮਾਈਨਿੰਗ ਤਾਂ ਹੋ ਰਹੀ ਹੈ ਸਰਕਾਰਾਂ ਕਰਾਉਂਦੀਆਂ ਨੇ, ਫਿਰ ਹੁਣ ਮਾਨ ਸਾਹਿਬ ਤੁਹਾਡੀ ਸਰਕਾਰ ਦੇ ਵਿੱਚ ਵੀ ਚਿੱਟਾ ਵਿਕੀ ਜਾਂਦਾ, ਤੁਹਾਡੀ ਸਰਕਾਰ ਦੇ ਵਿੱਚ ਵੀ ਮਾਈਨਿੰਗ ਹੋ ਰਹੀ ਹੈ, ਇਹ ਤਾਂ ਕਲੀਅਰ ਕਰ ਦਿਓ ਕਿ ਤੁਸੀਂ ਉਹੀ ਕਰ ਰਹੇ ਹੋ ਜਾਂ ਫਿਰ ਆਪ ਹੀ ਲੋਕੀ ਕਰੀ ਜਾਂਦੇ ਆ। ਜੇ ਆਪ ਹੀ ਕਰੀ ਜਾਂਦੇ ਆ ਫਿਰ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਫੜਦੇ ਕਿਉਂ ਨਹੀਂ, ਤੇ ਜੇ ਫੜਦੇ ਕਿਉਂ ਨਹੀਂ ਕਿਤੇ ਤੁਸੀਂ ਆਪ ਹੀ ਤਾਂ ਨਹੀਂ ਕਰਵਾਈ ਜਾਂਦੇ ਸਾਰਾ ਕੁਝ?
देखो जेड़ा आम बंदा भी है वो भी सवाल तो यही करूंगा कि फिर पैसा किधर को जा रहा है। जे चलो मान लेने आपां 2 मिनट ले भी कट्टड़ ईमानदार ने इस करके पैसा नहीं लेंदे होंगे चलो, तां वो किधर को जा रहा है फिर, मतलब वो कोई कितने ना कितने तो पैसा जा रहा है ना माइनिंग चलो करने। आप ये भी मान लेने हैं, एक संभावना होर पैदा खड़ी हो जाती है भी चलो भाई पैसे भी नहीं लेंदे, ते चलो फिर इन्हें पता भी नहीं, जे फिर पता नहीं फिर तंत्र मंत्र तंत्र जिहड़ा किस काम का, फिर सरकार चलाउण दा मकसद किस काम का, कि विजिलेंस जां तुहाडे खुफिया विभाग इसे काम ते, जां कि पत्रकारां नूं डरा लो जिहड़े विरोधी तुहाडे खिलाफ बोलदे उहनां ते केस दर्ज कर दिओ, फिर तुहाडा तंत्र की कर रिहा जे तुहानूं पता ही नहीं, या फिर तुसीं तुहानूं पता होण दे बावजूद तुसीं मीसणे हो, 99% तां गल इह आ। फिर करी बैठन फिर सरकार काहदी है, जे सरकार माइनिंग माफिया ही चला रहा है कर रहा है काम, पैसे खा रहे ने सारे अफसर, फिर बेचारे कानू एवं जेड सिक्योरिटी च कमले हुए फिरते ने, सिक्योरिटी छड़न आराम नाल अपने करी जिवें दूजिया नूं कहिंदे हुंदे सी वी मुर्गी खाना खोल लैण, हाँ एवं खतरा मुल चकी फिरदे आ, खतरा मुल चकी फिरदे कि सिक्योरिटी रखी फिरदे आ। टेंशन बड़ी करी हुई है बेचारियां ने, मतलब बोलिया नहीं जाता, आवाजा फट जांदियां ने, चेहरियां ते टेंशन है किन्नी सारी, फिर आराम आराम करन अपना घर करी जाके वो चलाई जाणगे आपे, ये तो मसला ही खत्म है ना। पर ये नहीं है मसला, मसला ये है कि जे इंटेलिजेंस का एडीजीपी रिपोर्ट कर रहा है सेक्रेटरी नु कर रहा है, ये नहीं हो सकता कि वो संबंधित मंत्री दे या मुख्यमंत्री दे नोटिस च ना आई हो, ये पॉसिबल ही नहीं है गल। जे नोटिस च आउण तों बाद भी चुप ने खामोश ने, यदा मतलब अखा चुभिया हुई ने, फिर कितना ना कि गड़बड़ है, फिर कट्टड़ ईमानदारी वाला बिल्कुल जो काम है ना वो गया किधरे। बिल्कुल। उधर दूजे पासे डॉक्टर साहब अज कांग्रेस की जी मीटिंग हुई है उत्थे चंडीगढ़ दे विच, उस मीटिंग तो पहला राजा बने गोहरा ने बयान दे दिता और कहिंदे कि भाई अद्धे तो ज्यादा आम आदमी पार्टी जी है भाव के कई एमएलए मंत्री जिहड़े कहिंदे कि चले जाणगे बीजेपी दे विच, पिछले दिन चर्चावां तां इह कई बार उठ चुकियां ने कि एक वड्डे लीडर दे नाल आम आदमी पार्टी दे कई एमएलए मंत्री बीजेपी दे विच चले जाणगे। डॉक्टर साहब हुण अज राजा वड़िंग ने भी इह गल कहती है कि अद्धी तों ज्यादा आम आदमी पार्टी, अद्धी तों ज्यादा आम आदमी पार्टी तों भाव कई एमएलए मंत्री, तां डॉक्टर साहब बाकी इह दावे जिहड़े इहनां दे सच्चे आ जां फिर इह सिर्फ एक सियासी बयानबाजियां ने, या फिर आम जिहड़ियां चर्चावां कई दिनां तों चल रहियां सी आपां वी उहदे चर्चा करके हटे सी और कई दिनां दी उह चलदियां रहियां सी, चर्चावां ही ने या फिर ये सियासी बयानबाजियां ने या फिर ये स्टंट ही है, या फिर किवें देखदे हो कि बाकी इहो जिहियां सच्चाइयां हैगियां ने इन्हां चीजां 'च? नहीं जी गल सच्ची हुई है, ये देखो पूरी रेस लगी हुई सी एक दूजे दे नाल, मतलब बिट्टू दी तरह, मतलब पहला पूरे कहना दे चाहो, पूरे, हाँ रिले रेस पहला लगी हुई भज सी, के टीवी बीजेपी दे दफ्तर केड़ा बढ़ूगा, ये रेस सी पहला। रिले रेस हुंदी है ना, एक ने दूए नू फड़ाती स्टिक जी, दूए ने तीजे नू फड़ाती, इदां चल रहा सी काम, कोई ऐसी गल नहीं है, रिले रेस हो गई सी। इहदा क्रेडिट जांदा है किसानां नू कि उन्होंने बीजेपी दे जिहड़े कैंडीडेट ने वो घेरने शुरू कर ले, ये नाल सारे ही पैर मलन लग गए कि यार जुत्तियां क्यों खानियां ने, जाना तो है, चलो बाद च सही इलेक्शनों तो देख लांगे, जहां इलेक्शन ਉਹਦੇ ਕਰਕੇ ਦੋ गई ਕੰਮ ਹੋ ਗਏ, ਇੱਕ ਤਾਂ ਇਹਨਾਂ ਦੀ ਰਿਲੇ ਜੀ ਰੁਕਦੀ ਨਜ਼ਰ ਆਈ ਹੈ ਤੇ ਦੂਜੇ ਪਾਸੇ ਗਠਜੋੜ ਹੁੰਦਾ ਹੁੰਦਾ ਰਹਿ ਗਿਆ ਅਕਾਲੀ ਦਲ ਦੇ ਨਾਲ, वो भी उही ਉਹ गल है, उही ਗਠਜੋੜ गल ਵੀ है। ਇਸੇ ਕਰਕੇ ਰੁਕਿਆ, ਹਾਲਾਂਕਿ ਬਾਅਦ ਦੇ ਵਿੱਚ ਭਲਾ ਪੰਥਕ ਰੂਪ ਦੇਤਾ ਹੋਵੇ, ਅਸਲ ਅਸਲ ਵਿਰੋਧ ਤਾਂ ਜਿਹੜਾ ਕਿਸਾਨ ਕਰ ਰਹੇ ਆ ਉਹਦੇ ਕਰਕੇ ਜਿਹੜਾ ਮੇਰੇ ਖਿਆਲ ਚ ਰੁਕਿਆ ਸਿਸਟਮ। बिल्कुल बिल्कुल गठजोड़ भी होया होया सीगा, ते जिन्हां ने जाना है रिले रेस वाले ने वो भी तैयार सीगे पूरे, पर हुण एक होर नवी डिवेलपमेंट ये हो गई है कि बीजेपी दे भी जिहड़े इंटरनल सर्वे ने इंडिया लेवल ते भी जिहड़ा 400 पार दा रौला पा रहे ने, वो ये लग रहा है कि मेजोरिटी सिंपल मेजोरिटी भी नहीं आ रही, इहदे नाल की है कि जिहड़े मतलब अकाली आगू ने भी पिछले दिन एक ने बयान दिता सी कि जे सेंटर च कोई गवर्नमेंट बणो असीं किंग मेकर बणांगे, ਇਹਦਾ ਮਤਲਬ ਇਹ ਵੀ ਇੰਟਰਨਲੀ ਇਹ ਗੱਲ ਕਲੀਅਰ ਹੈ ਕਿ ਜਿਹੜੇ ਹਮਾਇਤੀ ਨੇ ਜਾਂ ਹੋਰ ਜਿਹੜੇ ਘਟਕ ਨੇ ਐਨਡੀਏ ਦੇ, ਉਹ ਤੋਂ ਬਿਨਾਂ ਸਰਕਾਰ ਨਹੀਂ ਬਣਨੀ, ਬੀਜੇਪੀ ਦੀ ਨਹੀਂ ਮੈਜੋਰਿਟੀ ਆ ਰਹੀ, ਇਸ ਕਰਕੇ ਵੀ ਪੈਰ ਥੋੜੇ ਮਲਣ ਲੱਗ ਗਏ। ਪਰ ਦੂਜੀ ਗੱਲ ਇਹ ਹੈ ਕਿ ਫਿਰ ਦੇਖੋ ਮਤਲਬ ਝੰਡੇ ਤਾਂ ਕਿਸਾਨਾਂ ਦੇ ਦਿਖਦੇ ਹੀ ਨੇ, ਮਤਲਬ ਉਹ ਉੱਥੇ ਦੁਸ਼ਯੰਤ ਚੌਟਾਲੇ ਨੂੰ ਵਿਚਾਰੇ ਨੂੰ ਕਾਰ ਚੋਂ ਉਤਰ ਕੇ ਜਾਣਾ ਪਿਆ, ਇੱਥੇ ਆਪਣਾ ਹੰਸ ਰਾਜ ਹੰਸ ਹੈ ਜਿਹੜਾ ਉਹਨੇ ਗੀਤ ਗੂਤ ਗਾਏ, ਉੱਥੇ ਅੰਮ੍ਰਿਤਸਰ ਦੇ ਵਿੱਚ ਇਦਾਂ ਹੀ ਹੋਇਆ, ਇੱਥੇ ਮਹਾਰਾਣੀ ਦੇ ਨਾਲ, ਮਤਲਬ ਉਹਨਾਂ ਨੂੰ ਇੱਕ ਗੱਲ ਕਲੀਅਰ ਹੋ ਗਈ ਕਿ ਕੰਪੇਨਿੰਗ ਦੇ ਨਾਲ ਨਾਲ ਸਾਡੇ ਕਾਊਂਟਰ ਕੰਪੇਨਿੰਗ ਵੀ ਨਾਲ ਹੀ ਚੱਲੂਗੀ ਬੀਜੇਪੀ ਦੇ ਜੇ ਬਣ ਕੇ ਜਾਵਾਂਗੇ, ਇਸ ਕਰਕੇ ਥੋੜਾ ਜਿਹਾ ਮਤਲਬ ਨੱਚਣਗੇ ਤਾਂ ਸਹੀ, ਉਂਡ ਥੋੜਾ ਥੋੜਾ ਸਾਰਿਆਂ ਨੇ ਕੱਟ ਲਿਆ। ਔਰ ਵੱਡੀ ਗੱਲ ਇਹ ਹੈ ਡਾਕਟਰ ਸਾਹਿਬ, ਜਿਹੜੇ ਵੱਡੇ ਲੀਡਰ ਦੇ ਬਾਰੇ ਚਰਚਾ ਕੀਤੀ ਜਾ ਰਹੀ ਸੀ ਕਈ ਦਿਨਾਂ ਦੀ, ਕਿ ਰਾਘਵ ਚੱਢਾ ਦੇ ਬਾਰੇ ਆਪਾਂ ਚਲੋ ਨਾਂ ਹੀ ਲੈ ਲੈਂਦੇ ਹਾਂ, ਰਾਘਵ ਚੱਢਾ ਦੇ ਬਾਰੇ ਆਮ ਚਰਚਾ ਚੱਲ ਪਈ ਸੀ ਕਿ ਰਾਘਵ ਚੱਢੇ ਦੀ ਜਿਹੜੀ ਆ ਉਹ ਬੀਜੇਪੀ ਦੇ ਨਾਲ ਸੈਟਿੰਗ ਹੋ ਗਈ ਹੈ,
ਹੁਣ ਹਾਲਾਂਕਿ ਹੋਈ ਕਿ ਨਹੀਂ ਹੋਈ ਹੈ ਤਾਂ ਹੁਣ ਟਾਈਮ ਹੀ ਦੱਸੂਗਾ, ਪਰ ਚਰਚਾਵਾਂ ਮੈਂ ਜਿਹੜੀਆਂ ਕਹਿ ਰਹੀ। ਰਾਘਵ ਚੱਡੇ ਦੇ ਨਾਲ ਕਹਿੰਦੇ ਕਿ ਬੀਜੇਪੀ ਦੀ ਸੈਟਿੰਗ ਹੋ ਗਈ ਹੈ ਔਰ ਪੰਜਾਬ ਦੇ ਕਈ ਐਮਐਲਏ ਮੰਤਰੀ ਉਹਦੇ ਟੱਚ ਦੇ ਵਿੱਚ ਆ ਔਰ ਉਹਨਾਂ ਨੂੰ ਲੈ ਕੇ ਬੀਜੇਪੀ ਦੇ ਵਿੱਚ ਜਾਊਗਾ। ਇਹੋ ਜਿਹੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਪਈਆਂ ਸੀ ਔਰ ਉਹ ਚਰਚਾਵਾਂ ਚੱਲਣ ਤੋਂ ਬਾਅਦ ਰਾਘਵ ਚੱਡਾ ਦੇ ਵੱਲੋਂ ਨਾ ਤਾਂ ਡਿਨਾਈ ਕੀਤਾ ਗਿਆ, ਜੇ ਉਹਨਾਂ ਦੇ ਵੱਲੋਂ ਹਾਮੀ ਨਹੀਂ ਭਰੀ ਗਈ ਨਾ ਵੀ ਨਹੀਂ ਮੈਂ ਚੱਲਿਆ ਨਹੀਂ ਜਾਂ ਕਿੱਦਾਂ, ਤਾਂ ਉਹਨਾਂ ਦੇ ਵੱਲੋਂ ਮਨਾ ਵੀ ਨਹੀਂ ਕੀਤਾ ਗਿਆ ਕਿ ਭਾਈ ਮੈਂ ਨਹੀਂ ਜਾ ਰਿਹਾ, ਇਹ ਖਬਰਾਂ ਨਿਰਾਧਾਰ ਨੇ, ਇਹ ਖਬਰਾਂ ਝੂਠੀਆਂ ਨੇ। ਰਾਘਵ ਚੱਡਾ ਉਹ ਬੰਦਾ ਜਿਹੜਾ ਛੋਟੀ ਛੋਟੀ ਗੱਲ ਤੇ ਟਵੀਟ ਕਰਦਾ, ਜਿਹੜਾ ਛੋਟੀ ਛੋਟੀ ਗੱਲ ਤੇ ਵੀਡੀਓ ਪਾਉਂਦਾ ਹੈ, ਔਰ ਰਾਘਵ ਚੱਡਾ ਉਹ ਜਿਹੜਾ ਕਹਿੰਦੇ ਕਿ ਭੱਜਿਆ ਹੀ ਇਸ ਕਰਕੇ ਆ ਵਿਦੇਸ਼ ਦੇ ਵਿੱਚ, ਉਹਨੂੰ ਪਤਾ ਲੱਗ ਗਿਆ ਸੀ ਕਿ ਕੋਈ ਨਾ ਕੋਈ ਅਣਸੁਖਾਵੀ ਘਟਨਾ ਜਿਹੜੀ ਵਾਪਰ ਸਕਦੀ ਹੈ, ਔਰ ਉਹ ਰਾਘਵ ਚੱਡਾ ਜਿਹੜਾ ਕਹਿੰਦਾ ਕਿ ਦਿੱਲੀ ਦੇ ਵਿੱਚ ਸਿਹਤ ਕ੍ਰਾਂਤੀ ਆ ਗਈ, ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਆ ਗਈ, ਉਹ ਇੱਕ ਅੱਖ ਦਾ ਆਪਰੇਸ਼ਨ ਕਰਾਉਣ ਦੇ ਲਈ ਬਾਹਰਲੇ ਮੁਲਕ ਜਿਹੜਾ ਉਹ ਚਲਿਆ ਗਿਆ, ਲੰਡਨ ਦੱਸਦੇ ਆ, ਪਤਾ ਨਹੀਂ ਹੁਣ ਗਿਆ ਕਿੱਥੇ ਹੈ, ਉਹ ਕਹਿੰਦੇ ਉੱਥੇ ਚਲਿਆ ਗਿਆ। ਹੁਣ ਸਮਝੋ ਬਾਹਰ ਆ, ਜੇ ਦੇਸ਼ ਦੇ ਵਿੱਚ ਕ੍ਰਾਂਤੀ ਹੋਈ ਆ ਗਈ ਸੀ ਇਹਨਾਂ ਦੀ, ਇਹਦੇ ਵਿੱਚ ਦਿੱਲੀ ਦੇ ਵਿੱਚ ਸਿਹਤ ਕ੍ਰਾਂਤੀ ਆ ਗਈ, ਪੰਜਾਬ ਦੇ ਵਿੱਚ ਸਿਹਤ ਕ੍ਰਾਂਤੀ ਆ ਗਈ, ਇੰਨਾ ਕੁ ਤਾਂ ਚਲੋ ਕਰ ਹੀ ਸਕਦੇ ਸੀ ਨਾ ਵੀ, ਚਲੋ ਰਾਜ ਸਭਾ ਮੈਂਬਰ ਆ ਭਾਈ, ਵੱਡਾ ਲੀਡਰ ਆ ਆਮ ਆਦਮੀ ਪਾਰਟੀ ਦਾ, ਉਹਦੇ ਅੱਖ ਦਾ ਆਪਰੇਸ਼ਨ ਹੀ ਇੱਥੇ ਕਰ ਦਿੰਦੇ, ਦਿੱਲੀ ਤੇ ਪੰਜਾਬ ਮਿਲ ਕੇ ਰਾਘਵ ਚੱਡੇ ਦੀ ਅੱਖ ਦਾ ਵੀ ਆਪਰੇਸ਼ਨ ਨਹੀਂ ਡਾਕਟਰ ਸਾਹਿਬ ਕਰ ਸਕੇ, ਜਾਂ ਆਪਰੇਸ਼ਨ ਕੋਈ ਹੋਰ ਹੀ ਚੱਲ ਰਿਹਾ ਸੀ ਉੱਥੇ, ਕਿਵੇਂ ਦੇਖਦੇ ਹੋ? ਉਹਨਾਂ ਨੇ ਡਿਨਾਈ ਵੀ ਨਹੀਂ ਕੀਤਾ ਕਿ ਭਾਈ ਨਹੀਂ ਇਹ ਖਬਰਾਂ ਝੂਠੀਆਂ, ਮੈਂ ਬੀਜੇਪੀ 'ਚ ਚੱਲਿਆ ਨਹੀਂ ਜਾਂ ਇਹੋ ਜਿਹੀਆਂ ਗੱਲਾਂ ਬਾਤਾਂ, ਕਿਵੇਂ ਦੇਖਦੇ ਹੋ ਕਿ ਫਿਰ ਵਾਕਈ ਜਿਹੜੀਆਂ ਚਰਚਾਵਾਂ ਕਿਤੇ ਨਾ ਕਿਤੇ ਇਸ ਤਰੀਕੇ ਨਾਲ ਮੋਹਰ ਲੱਗਦੀ ਹੈ, ਜਾਂ ਇਹ ਰਾਜਾ ਬਣੇ ਹੋਣਾ ਦੇ ਬਿਆਨ ਨੇ ਇਹਨਾਂ ਦੇ ਉੱਪਰ ਵੀ ਮੋਹਰ ਲੱਗਦੀ ਹੈ ਕਿਸੇ ਤਰੀਕੇ ਨਾਲ? ਦੇਖੋ ਸੁਖਵਿੰਦਰ ਜੀ, ਚੱਡਾ ਸਾਹਿਬ ਬਿਮਾਰ ਹੋ ਗਏ ਨੇ, ਬਿਮਾਰ ਬੰਦੇ ਨੂੰ ਕੀ ਮਜ਼ਾਕ ਕਰਨਾ ਹੁੰਦਾ ਹੈ? ਦੇਖੋ ਉਹਨਾਂ ਨੇ ਜਿਹੜੀ ਕ੍ਰਾਂਤੀ ਕੀਤੀ ਹੈ ਨਾ ਸਿਹਤ ਦੀ, ਉਹ 'ਚ ਅੱਖਾਂ ਦਾ ਆਪਰੇਸ਼ਨ ਦੀ ਕੋਈ ਸਮੱਸਿਆ ਨਹੀਂ, ਉਹ ਤਾਂ ਹੋ ਸਕਦੀ ਸੀ, ਪਰ ਦ੍ਰਿਸ਼ਟੀ ਹੈ, ਜਦੋਂ ਜਿਹੜਾ ਦ੍ਰਿਸ਼ਟੀਕੋਣ ਹੈ ਜਾਂ ਜਿਹੜੀ ਨਿਗਾਹ 'ਚ ਨੁਕਸ ਪੈ ਜਾਵੇ ਨਾ, ਦੇਖਣ ਕੁਛ ਹੋਰ ਹੀ ਲੱਗ ਜਾਵੇ, ਉਹਦਾ ਇਲਾਜ ਉੱਥੇ ਬਾਹਰ ਜਾ ਕੇ ਹੀ ਹੁੰਦਾ, ਕਿਉਂਕਿ ਇੱਥੇ ਤਾਂ ED ਨੇ ਕਰ ਦੇਣਾ ਸੀ ਨਹੀਂ। ਸੋ ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਇਕੱਲੀ ਚੱਡਾ ਸਾਹਿਬ ਦੀ ਗੱਲ ਨਹੀਂ, ਲੋਕਾਂ ਦੇ ਮੂੰਹ ਨਹੀਂ ਫੜੇ ਜਾਂਦੇ, ਜਿਹੋ ਜਿਹਾ ਅਨਸਰਟਨਟੀ ਦਾ ਮਾਹੌਲ ਹੈ, ਲੋਕ ਤਾਂ ਮਾਨ ਸਾਹਿਬ ਬਾਰੇ ਗੱਲਾਂ ਕਰੀ ਜਾਂਦੇ ਨੇ, ਉਹ ਕਹਿੰਦੇ ਵੀ ਤੁਸੀਂ ਪ੍ਰਚੂਨ 'ਚ ਕਿਉਂ, ਸਾਡੇ ਅੱਧੇ ਚੱਧੇ ਲਿਜਾਣੇ ਨੇ, ਸਾਰੇ ਹੀ ਆ ਜਾਵਾਂਗੇ। ਸੋ ਲੋਕਾਂ ਦੀ ਗੱਲ ਨਹੀਂ ਕਰੀ ਜਾ ਸਕਦੀ, ਪਰ ਇੱਕ ਗੱਲ ਕਲੀਅਰ ਹੈ ਕਿ ਬੀਜੇਪੀ ਦੀਆਂ ਰੂਟ ਇਨ ਰੋਡਸ ਬਹੁਤ ਡੀਪਰ ਨੇ ਸਾਰੀਆਂ ਪਾਰਟੀਆਂ, ਜਿਹੜਾ ਵੀ ਕੋਈ ਮਾੜਾ ਮੋਟਾ ਧੰਦਾ ਕਰ ਰਿਹਾ ਉਹ ਬੀਜੇਪੀ ਦੀ ਪਕੜ ਤੋਂ ਬਾਹਰ ਨਹੀਂ ਹੈ। ਪਰ ਹੁਣ ਮੇਰਾ ਖਿਆਲ ਹੈ ਆਉਣ ਵਾਲੇ ਦਿਨਾਂ 'ਚ, ਕਿਉਂਕਿ ਕਿਸਾਨਾਂ ਨੇ ਗੜਬੜ ਕਰਤੀ ਹੈ ਅਤੇ ਕੁਛ ਸਰਵੇ ਜਿਹੜੇ ਆ ਗਏ ਨੇ, ਥੋੜਾ ਜਿਹਾ ਇਹਦੇ ਤੇ ਵਿਰਾਮ ਲੱਗ ਜਾਊਗਾ। ਹੁਣ ਜਿਹੜੀ ਰੇਸਾਂ ਲੱਗੀਆਂ ਹੋਈਆਂ ਸੀ ਨਾ, ਰਿਲੇਅ ਰੇਸ, ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਇੱਕ ਗੱਲ ਦੀ ਸਮਝ ਨਹੀਂ ਆ ਰਹੀ। ਰਾਘਵ ਚੱਡਾ ਕਹਿੰਦੇ ਜਿਹੜਾ ਅੱਖ ਦਾ ਆਪਰੇਸ਼ਨ ਕਰਾਉਣ ਬਾਹਰਲੇ ਮੁਲਕ ਗਏ ਆ, ਪਤਾ ਨਹੀਂ ਉਹਨਾਂ ਦੀ ਨਜ਼ਰ ਦੇ ਵਿੱਚ ਫਰਕ ਪੈ ਗਿਆ ਜਾਂ ਨਜ਼ਰੀਏ 'ਚ ਫਰਕ ਪੈ ਗਿਆ, ਕਿਉਂਕਿ ਜਿਹੜੇ ਮੋਦੀ ਨੂੰ ਗੱਲ ਗੱਲ ਤੇ ਭੰਡਦੇ ਸੀ, ਜਿਹੜੇ ਅਰਵਿੰਦ ਕੇਜਰੀਵਾਲ ਦੀਆਂ ਗੱਲ ਗੱਲ ਤੇ ਤਰੀਫਾਂ ਕਰਦੇ ਸੀ, ਉਹ ਹੁਣ ਕਈ ਦਿਨਾਂ ਤੋਂ ਚੁੱਪ ਨੇ, ਉਦੋਂ ਤੱਕ ਵੀ ਚੁੱਪ ਨੇ ਜਦੋਂ ਉਹਨਾਂ ਦੀਆਂ ਚਰਚਾਵਾਂ ਚੱਲ ਪਈਆਂ ਕਿ ਭਾਈ ਬੀਜੇਪੀ ਦੇ ਵਿੱਚ ਚਲੇ ਜਾਣਗੇ ਕਈ ਪੰਜਾਬ ਦੇ ਐਮਐਲਏ ਮੰਤਰੀ ਲੈ ਕੇ, ਤਾਂ ਫਿਰ ਰਾਘਵ ਚੱਡਾ ਹੁਣਾਂ ਦੇ ਵੱਲੋਂ ਇਹ ਬਿਆਨ ਦੀ ਜਿਹੜੀ ਜਾਂ ਇਹਨਾਂ ਚਰਚਾਵਾਂ ਦੇ ਉੱਪਰ ਵਿਰਾਮ ਲਾਉਣ ਦੇ ਲਈ ਕੋਈ ਬਿਆਨ ਵੀ ਨਹੀਂ ਆਇਆ, ਕੋਈ ਵੀਡੀਓ ਵੀ ਨਹੀਂ ਆਈ ਕਿ ਭਾਈ ਨਹੀਂ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਜਾ ਰਹੇ ਬੀਜੇਪੀ ਦੇ ਵਿੱਚ, ਇਹ ਖਬਰਾਂ ਝੂਠੀਆਂ ਜਾਂ ਚਰਚਾਵਾਂ ਝੂਠੀਆਂ। ਉੱਧਰ ਨਜ਼ਰੀਆ ਸਿਹਤ ਕ੍ਰਾਂਤੀ ਬਾਰੇ ਵੀ ਬਦਲਿਆ ਲੱਗਦਾ ਸੀ ਡਾਕਟਰ ਸਾਹਿਬ ਉਹਨਾਂ ਦਾ, ਕਿਉਂਕਿ ਜੇ ਪੰਜਾਬ ਦੇ ਵਿੱਚ ਕਹਿੰਦੇ ਸਿਹਤ ਕ੍ਰਾਂਤੀ ਆ ਗਈ ਸੀ, ਜੇ ਦਿੱਲੀ ਦੇ ਵਿੱਚ ਆ ਗਈ ਸੀ, ਤਾਂ ਫਿਰ ਅੱਖ ਦਾ ਇਲਾਜ ਇੱਥੇ ਹੀ ਕਰਾ ਲੈਂਦੇ, ਫਿਰ ਲੰਡਨ ਜਾ ਕੇ ਆਪਰੇਸ਼ਨ ਕਰਾਉਣ ਦੀ ਕੀ ਲੋੜ ਸੀ? ਇਹ ਆਪਰੇਸ਼ਨ ਨਜ਼ਰ ਦਾ ਕਰਾਉਣਗੇ ਜਾਂ ਨਜ਼ਰੀਏ ਤੱਕ ਹੋ ਗਿਆ ਉੱਥੇ ਆਪਰੇਸ਼ਨ? ਮੈਂ ਉਹੀ ਗੱਲ ਕਹਿ ਰਿਹਾ ਵੀ ਅੱਖ ਦਾ ਨਹੀਂ ਹੈ, ਅਸਲ ਦੇ ਵਿੱਚ ਨਜ਼ਰ ਦਾ ਹੈ, ਦ੍ਰਿਸ਼ਟੀ ਦਾ ਹੈ, ਦ੍ਰਿਸ਼ਟੀਕੋਣ ਦਾ। ਸੋ ਇਸ ਕਰਕੇ ਨਜ਼ਰ ਦਾ ਜਾਂ ਨਜ਼ਰੀਏ, ਨਜ਼ਰੀਏ ਦਾ ਹੋ ਗਿਆ ਡਾਕਟਰ ਸਾਹਿਬ, ਨਜ਼ਰੀਏ ਦਾ, ਨਜ਼ਰੀਏ ਦਾ ਆਪਰੇਸ਼ਨ ਹੈ। ਦੂਜੀ ਚੀਜ਼ ਪਤਾ ਹੈ ਕੀ ਹੈ, ਅਸਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਫੈਸਲਾ ਕਰ ਲਿਆ ਜਿੰਦਾ ਲਾਉਣ ਦਾ, ਉਹਦੇ ਨਾਲ ਜਦੋਂ ਖਲਾਰਾ ਖਲੂਰਾ ਪੈਂਦਾ ਹੁੰਦਾ ਉਹੀ ਹੋ ਰਿਹਾ। ਇਹ ਬੇਸਿਕਲੀ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਰਿਹਾ, ਐਕਸਟੈਂਸ਼ਨ ਕਾਊਂਟਰ ਸੀ ਬੀਜੇਪੀ ਤੇ ਆਰਐਸਐਸ ਦਾ, ਉਹ ਜਦੋਂ ਉਹਨਾਂ ਨੇ ਖਲਾਉਣ ਦਾ ਫੈਸਲਾ ਕਰ ਲਿਆ, ਉਹਨਾਂ ਨੇ ਖਲਾਰ ਖਲੂਰ ਦਿੱਤੇ, ਤਾਂ ਪੰਜਾਬ ਦੇ ਲੋਕ ਸਾਡੇ ਕਮਲੇ ਸੀ, ਐਵੇਂ ਉਹਨਾਂ ਦੀ ਛੋਟੀ ਜਿਹੀ ਖੇਡ ਨੂੰ ਅਸੀਂ ਵੱਡੀ ਸਮਝ ਕੇ ਵੀ ਬਹੁਤ ਵੱਡਾ ਬਦਲਾਅ ਆਉਣਾ। ਪਰ ਇਹਦਾ ਜਿਹੜਾ ਰਿਜ਼ਲਟ ਮਾੜਾ ਨਿਕਲਣਾ ਚੱਡਾ ਸਾਹਿਬ ਦੇ ਜਾਣ ਦਾ, ਉਹ ਇਹ ਹੈ ਵੀ ਪੰਜਾਬ ਦੇ ਉੱਪਰ ਸੰਕਟ ਜ਼ਿਆਦਾ ਹੈ ਮੇਰਾ ਖਿਆਲ। ਜਿਹੜੀ ਪੰਜਾਬ ਦੇ ਜਿਹੜੀ ਆਪ ਹੈ, ਦਿੱਲੀ ਵਾਲੀ ਤਾਂ ਚਲੋ ਜਿੰਨੇ ਉਹਨਾਂ ਨੇ ਫੜ ਫੁੜ ਕੇ ਅੰਦਰ ਕਰ ਲਏ ਜਾਂ ਪੜੋਸ ਲਏ ਜਾਂ ਜੋ ਵੀ ਮਰਜ਼ੀ ਕਰ ਲਿਆ, ਪੰਜਾਬ ਦੇ ਵਿੱਚ ਜਿਹੜਾ ਇਹ ਹੈ ਕਿ ਇਕੱਠੀਆਂ ਹੀ, ਮਤਲਬ ਨਾ ਜਦੋਂ ਬਾੜਾ ਖੁੱਲਣਾ ਹੈ ਮਤਲਬ ਇਕੱਠਿਆਂ ਨੇ ਨਿਕਲਣਾ ਹੈ, 92 ਦੇ 92 ਚੋਂ ਹੀ ਸਿਰਫ ਮੇਰਾ ਖਿਆਲ ਹੈ ਇੱਕ ਅੱਧਾ ਵਿਚਾਰਾ ਕੋਈ ਸ਼ਾਇਦ ਬਚ ਜਾਵੇ, ਕੰਵਰ ਵਿਜੇ ਪ੍ਰਤਾਪ ਵਰਗਾ, ਉਹਦਾ ਵੀ ਚਾਂਸ ਘੱਟ ਹੀ ਲੱਗਦਾ ਹੈ, ਕਿਉਂਕਿ ਸਾਰੀਆਂ ਨਦੀਆਂ ਕਹਿੰਦੇ ਸਮੁੰਦਰ ਕੀ ਔਰ, ਕਿਉਂਕਿ ਸੱਤਾ ਬੀਜੇਪੀ ਕੋਲ ਹੈ, ਸ਼ਕਤੀ ਬੀਜੇਪੀ ਕੋਲ ਹੈ, ਧੰਦਿਆਂ ਨੂੰ ਬਿਜ਼ਨਸ ਨੂੰ ਖਰਾਬ ਕਰਨ ਦੀ, ਉਜਾੜਨ ਜਾਂ ਵਸਾਉਣ ਦੀ ਸ਼ਕਤੀ ਉਹਨਾਂ ਕੋਲ ਹੈ। ਇਸ ਕਰਕੇ ਜਿੰਨੇ ਵੀ ਧੰਦੇਬਾਜ਼ ਸਿਆਸਤਦਾਨ ਨੇ ਉਹਨਾਂ ਦੀ ਗ੍ਰਿਫਤ ਤੋਂ ਬਾਹਰ ਨਹੀਂ ਹੋਣਾ,
ਸੋ ਇਹ ਆਉਣ ਵਾਲੇ ਦਿਨਾਂ 'ਚ ਸਿਲਸਿਲਾ ਚੱਲੂ, ਜ਼ਾਹਰਾ ਤੌਰ ਤੇ ਚਲੇ ਜਾਣ, ਗੁੱਝੇ ਤੌਰ ਤੇ ਆਪਣਾ ਬਣਾ ਲੈਣ, ਉਹ ਇੱਕ ਵੱਖਰੀ ਗੱਲ ਹੈ। ਪਰ ਗੱਲ ਇਹ ਕਲੀਅਰ ਹੈ ਕਿ ਜਿਹੜੀ ਵੜਿੰਗ ਸਾਹਿਬ ਨੇ ਕਹੀ ਹੈ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਉਂਗਲੀਆਂ ਤੇ ਗਿਣ ਰਹੇ ਨੇ ਬੰਦੇ, ਜਿਹਦਾ ਵੀ ਮਾੜਾ ਮੋਟਾ ਕੋਈ ਕੰਮ ਚੱਲਦਾ ਹੈ, ਜਿਹਦੇ 4 ਪੈਸੇ ਵਾਲਾ ਹੈ, ਉਹ ਸਾਰੇ ਦੇ ਸਾਰੇ ਖਤਰੇ 'ਚ ਨੇ। ਪਰ ਦੂਜੇ ਪਾਸੇ ਕਿਉਂਕਿ ਕਿਸਾਨਾਂ ਨੇ ਝੰਡੇ ਚੱਕ ਲਏ, ਝੰਡੇ ਕਾਹਨੂੰ ਡੰਡੇ ਹੀ ਚੱਕ ਲਏ ਅਸਲ ਦੇ ਵਿੱਚ, ਉਹ ਚੀਜ਼ ਥੋੜ੍ਹਾ ਜਿਹਾ ਅਜੇ ਇਸ ਗੱਲ ਨੂੰ ਰੁਕਾਵਟ ਪਾ ਰਹੀ ਹੈ। ਪਰ ਇਹ ਹੈ ਕਿ ਈਡੀ ਨਾਲੋਂ ਕਿਸਾਨ ਥੋੜ੍ਹੇ ਤਕੜੇ ਹੋ ਸਕਦੇ ਨੇ। ਸੋ ਆਉਣ ਵਾਲੇ ਦਿਨ ਮੇਰਾ ਖਿਆਲ ਹੈ ਅਜੇ ਡਿਵੈਲਪਮੈਂਟਸ ਹੋਰ ਹੋਣਗੇ। ਹੋਰ ਹੋਣਗੀਆਂ, ਬਿਲਕੁਲ ਬਿਲਕੁਲ। ਉੱਧਰ ਡਾਕਟਰ ਸਾਹਿਬ ਮਾਨ ਸਾਹਿਬ ਕਹਿੰਦੇ ਕਿ ਮੇਰਾ ਸਭ ਤੋਂ ਵੱਧ ਜ਼ੋਰ ਜਿਹੜਾ ਜਾਂ ਮੇਰਾ ਸਭ ਤੋਂ ਵੱਧ ਧਿਆਨ ਆ ਜਾਂ ਵਿਕਾਰ ਦੀਆਂ ਸੀਟਾਂ ਜਿਹੜੀਆਂ ਉਹ ਇੱਕ ਸੰਗਰੂਰ ਹੈ ਤੇ ਦੂਜੀ ਜਲੰਧਰ ਹੈ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਇਹ ਮਾਨ ਸਾਹਿਬ ਨੇ ਸੀਟਾਂ ਦਾ ਤਾਂ ਦੋਦਾਈ ਗੱਲ ਕੀਤੀ ਹੈ, ਨਾਲੇ ਕਹਿੰਦੇ ਇਹ 13-0 ਨਾਲ ਜਿੱਤਣਾ। ਜੇ 13-0 ਨਾਲ ਜਿੱਤਣਾ ਤਾਂ ਫਿਰ ਧਿਆਨ ਤਾਂ ਸਾਰੀਆਂ ਸੀਟਾਂ ਤੇ ਹੋਣਾ ਚਾਹੀਦਾ, ਤੇ ਸੀਟਾਂ ਇਹਨਾਂ ਨੇ 2 ਹੀ ਗਣਾਈਆਂ ਤੇ ਸਰਬਿਆਂ ਦੇ ਵਿੱਚ ਵੀ 1-2 ਹੀ ਆਉਂਦੀਆਂ ਦੀਦੀਆਂ। ਕਿਤੇ ਸਰਬਿਆਂ ਦੀ ਗੱਲ ਮਾਨ ਸਾਹਿਬ ਨੂੰ ਕਿਤੇ ਸੱਚੀ ਤਾਂ ਨਹੀਂ ਹੁੰਦੀ ਦਿਖਾਈ ਦੇ ਰਹੀ, ਜਿਹੜੇ ਕਹਿੰਦੇ ਵੀ 2 ਸੀਟਾਂ ਤੇ ਹੀ ਧਿਆਨ ਆ, ਕਿਤੇ ਬਾਕੀ 2 ਤੇ ਅਗਲਾ ਕਹਿੰਦਾ ਵੀ ਯਾਰ ਇਹ ਵੀ ਨਾ 2 ਜਾਂਦੀਆਂ ਰਹਿਣ, ਕਿਤੇ ਇਹਨਾਂ ਤੇ ਜ਼ੋਰ ਜ਼ੋਰ ਲਾ ਕੇ ਦੇਖ ਲਓ ਕੀ ਪਤਾ ਇਹੀ ਬਾਜਾਂ। ਇਹ ਚੱਕਰ ਕੀ ਹੈ, ਬਾਕੀ 11 ਗਿਣੀਆਂ ਕਿਉਂ ਨਹੀਂ, ਇਹ ਮਸਲਾ ਹੈ ਕੀ ਹੈ? ਪਤਾ ਨਹੀਂ ਹੁਣ ਇਹ 13 ਦੇ ਵਿੱਚੋਂ 2 ਕੱਢਦੀ ਫਿਰ ਤਾਂ 11-2 ਵਾਲਾ ਹੋ ਜਾਂਦਾ ਨਾ। ਬੇਸਿਕਲੀ ਸਾਰੀਆਂ ਪਾਰਟੀਆਂ ਕਹਿ ਰਹੀਆਂ ਨੇ 13-0 13-0, ਇਹ ਪਤਾ ਨਹੀਂ ਵੀ 0 ਕਿਹਦੀ ਆਉਣੀ ਹੈ, 13 ਕਿਹਦੀਆਂ ਆਉਣੀਆਂ ਨੇ। ਪਰ ਇੱਕ ਗੱਲ ਕਲੀਅਰ ਹੈ ਬਿਲਕੁਲ ਕਿ ਮਾਨ ਸਾਹਿਬ ਪੈਨਿਕ ਮੋਡ ਦੇ ਵਿੱਚ ਹੈਗੇ ਨੇ। ਜਲੰਧਰ ਜਿਵੇਂ ਉਹਨਾਂ ਨੇ ਗੇੜੇ ਗੂੜੇ ਮਾਰੇ, ਜਿਸ ਤਰ੍ਹਾਂ ਉਹਨੇ ਆਪਣਾ ਪੂਰਾ ਨਟੰਕੀ ਸਟਾਈਲ, ਕਿਸੇ ਦਾ ਬਟੂਆ ਕੱਟ ਲਿਆ, ਕਿਸੇ ਦਾ ਕੁਛ ਕਰ ਲਿਆ, ਉਦਾਂ ਦਾ ਦਿਖਾ ਰਹੇ ਨੇ ਕਰਕੇ ਜਿਹੜਾ ਉਹ ਨਾ ਪ੍ਰੋਪੇਗੰਡਾ ਮਸ਼ੀਨਰੀ ਪੂਰੇ ਜ਼ੋਰ 'ਚ ਹੈ। ਪਰ ਸੰਗਰੂਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਜਿਸ ਤਰ੍ਹਾਂ ਸੰਗਰੂਰ ਦੇ ਪਿੰਡਾਂ ਦੀ ਰਿਪੋਰਟ ਪਿਛਲੇ ਦਿਨੀ ਆਈ ਹੈ, ਖਾਸ ਕਰਕੇ ਦਿੜਵਾ ਸ਼ਰਾਬ ਕਾਂਡ ਤੋਂ ਬਾਅਦ ਸੰਗਰੂਰ 'ਚ ਗਰਾਊਂਡ ਲੈਵਲ ਦੇ ਉੱਪਰ ਰਿਐਲਿਟੀ ਬਹੁਤ ਹੀ ਮੇਰਾ ਖਿਆਲ ਹੈ ਬਦਲ ਚੁੱਕੀ ਹੈ। ਪਰ ਸੰਗਰੂਰ ਦੇ ਲੋਕ ਨੇ ਜਿਹੜੇ ਮਤਲਬ ਉਹ ਪੁਰਾਣਾ ਰਿਵਾਜ ਹੈ ਉਹਨਾਂ ਦਾ, ਮਤਲਬ ਉਹ ਬਰਦਾਸ਼ਤ ਨਹੀਂ ਕਰਦੇ ਇਸ ਤਰ੍ਹਾਂ ਦੀ ਗੱਲ ਜਿਵੇਂ ਉਹਨਾਂ ਦੇ ਨਾਲ ਹੋਈ ਹੈ। ਦੂਜੀ ਚੀਜ਼ ਹੈ ਉੱਥੇ ਕਿਤੇ ਇਹ ਨਾ ਹੋਵੇ ਵੀ ਇਹ ਜਦੋਂ ਮਾਨ ਸਾਹਿਬ ਸਿਮਰਨਜੀਤ ਮਾਨ ਜੇ ਜਿੱਤ ਕੇ ਕਹਿਣ ਵੀ ਅਸੀਂ ਇਹੀ ਕਿਹਾ ਸੀਗਾ ਵੀ ਕਿਸੇ ਮਾਨ ਨੂੰ ਹੀ ਆਉਣੀ ਚਾਹੀਦੀ ਹੈ, ਮਤਲਬ ਇੱਦਾਂ ਨਾ ਕਿਤੇ ਹੋ ਜਾਵੇ, ਕਿਉਂਕਿ ਉਹ ਸਰਗਰਮ ਨੇ ਬਹੁਤ ਜ਼ਿਆਦਾ, ਗਰਾਊਂਡ ਲੈਵਲ ਤੇ ਰਿਜੈਂਟਮੈਂਟ ਬਹੁਤ ਜ਼ਿਆਦਾ। ਪਰ ਇਹਨਾਂ ਦਾ ਉੱਥੇ ਪਿੰਡਾਂ 'ਚ ਬੜਾ, ਮੈਂ ਤੁਹਾਨੂੰ ਦੱਸਦਾ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਮੁਸ਼ਕਲ ਹੋ ਜਾਊਗਾ ਉਹ। ਤੇ ਇਹ ਠੀਕ ਹੈ ਜਲੰਧਰ 'ਚ ਵੀ ਉਹ ਅਜੇ ਫਰੀ ਫਰੀ ਜਾ ਰਹੇ ਨੇ, ਜਦੋਂ ਗਰਾਊਂਡ ਲੈਵਲ ਤੇ ਜਾਣਗੇ ਨਾ ਲੋਕਾਂ ਦੇ ਕੋਲ, ਕੰਪੇਨਿੰਗ ਅਜੇ ਸਾਰੀ ਉਸ ਮੋਮੈਂਟਮ ਦੇ ਸ਼ੁਰੂ ਨਹੀਂ ਹੋਈ। ਪਰ ਉਹ ਮੇਰਾ ਖਿਆਲ ਉਹਨਾਂ ਨੇ ਕਿਹਾ ਤਾਂ ਇਹ ਹੈ ਕਿ ਸਾਡੀਆਂ ਵਿਸ਼ੇਸ਼ ਨੇ ਦੋਨੇ, ਕਿਉਂਕਿ ਇੱਕ ਤੋਂ ਤਾਂ ਰਿੰਕੂ ਜੀ ਦੇਖੋ ਕਿੰਨੇ ਔਖੇ ਇਹਨਾਂ ਨੇ ਲੱਭ ਕੇ ਲਿਆਂਦੇ ਸੀ, ਐਡਾ ਵੱਡਾ ਹੀਰਾ ਲੱਭਿਆ ਸੀ ਉਹ, ਮਤਲਬ ਉਹ ਬਣਿਆ ਬਣਾਈ ਡੱਬੀ ਸਮੇਤ ਹੀ ਚਲਿਆ ਗਿਆ ਉੱਧਰ। ਦੂਜੇ ਪਾਸੇ ਸੰਗਰੂਰ ਦਾ ਤਾਂ ਚਲੋ ਸੰਕਟ ਹੈ ਹੀ ਹੈ, ਕਿਉਂਕਿ ਇਹਨਾਂ ਦੀ ਆਪਣੇ ਘਰ ਦੀ ਉਹ ਹੈਗੀ ਹੈ, ਧਰਨੇ ਤੇ ਧਰਨਾ ਹੋ ਕੇ ਲੱਗਦਾ ਰੋਜ਼। ਪਰ ਜਿਹੜੇ ਉਹ 21 ਮਤਲਬ ਜਿਹੜੇ ਬਲੀ ਚੜੇ ਆ 21 ਬੰਦਿਆਂ ਦੀ ਸ਼ਰਾਬ ਦੇ ਕੇਸ ਦੇ ਵਿੱਚ, ਅਰ ਪਤਾ ਨਹੀਂ ਉਹ ਤੋਂ ਬਾਅਦ ਹੋਇਆ ਨਾ, ਉਹਨਾਂ ਦੇ ਘਰਾਂ 'ਚ ਗਏ ਨੇ ਨਾ ਜਾਣ ਜੋਗੇ ਨੇ। ਦੇਖੋ ਇੱਕ ਵਾਰ ਉੱਥੇ ਜਾ ਕੇ ਉਹਨਾਂ ਨੂੰ ਉਰੇ ਪਰੇ ਕਰ ਕਰਾ ਕੇ ਪੁਲਿਸ ਨਾਲ ਥੋੜ੍ਹਾ ਜਿਹਾ ਆਪਣਾ ਮਤਲਬ ਫੋਟੋ ਖਿਚਾਉਣ ਦੇ ਲਈ ਕਰਿਆ ਜਾਂਦਾ, ਉਹ ਤੋਂ ਬਾਅਦ ਕੋਈ ਗਰਾਊਂਡ ਦੇ ਉੱਪਰ ਉਹਨਾਂ ਦੀ ਮਦਦ ਜਾਂ ਕੋਈ ਐਕਟੀਵਿਟੀ ਕੁਛ ਨਹੀਂ ਹੈ। ਉਹ ਚੀਜ਼ ਮਹਿੰਗੀ ਪੈਣੀ ਆ। ਡਾਕਟਰ ਸਾਹਿਬ ਇਹ ਗੱਲ ਪੱਕੀ ਹੈ, ਇਹ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਦੇ ਜਿਹੜੇ ਆਪਣੇ ਦਾਅਵੇ ਸੀ ਉਹ ਦਾਅਵਿਆਂ ਤੇ ਮੁੱਖ ਮੰਤਰੀ ਨੂੰ ਆਪ ਨੂੰ ਹੀ ਭਰੋਸਾ ਹੈਗਾ, ਇਸੇ ਕਰਕੇ 2 ਸੀਟਾਂ ਦੀ ਗੱਲ ਕਰ ਰਹੇ ਆ। ਔਰ ਇਹ ਗੱਲ ਪੱਕੀ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੈਨਿਕ ਮੂਡ ਦੇ ਵਿੱਚ ਆ ਮੁੱਖ ਮੰਤਰੀ ਸਾਹਿਬ ਨੂੰ, ਸਥਿਤੀਆਂ ਅੰਦਾਜ਼ਾ ਜਿਹੜਾ ਹੋ ਗਿਆ, ਸਥਿਤੀਆਂ ਭਾਂਪ ਗਏ ਮੁੱਖ ਮੰਤਰੀ, ਇਸੇ ਕਰਕੇ 2 ਸੀਟਾਂ ਤੇ ਜ਼ਿਆਦਾ ਕੰਸੈਂਟਰੇਸ਼ਨ ਕਰਨ ਦੀ ਗੱਲ ਕਰ ਰਹੇ। ਜਿਸ ਤਰੀਕੇ ਦੇ ਨਾਲ ਕਾਂਗਰਸ ਤੇ ਅਕਾਲੀਆਂ ਬਾਰੇ ਐਟੀਚਿਊਡ ਸੀ ਨਾ ਲੋਕਾਂ ਦਾ, ਜਦੋਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਹੋਈਆਂ ਨੇ, ਜਦੋਂ ਆਮ ਬੰਦੇ ਨਾਲ ਗੱਲ ਕਰੀਦੀ ਸੀ ਤਾਂ ਉਹ ਥੂ ਥੂ ਕਰਦੇ ਸੀ, ਇਹਨਾਂ ਨੇ ਆਪਣੀ ਹਾਲਤ ਉਹੀ ਬਣਾ ਲਈ ਹੈ ਲਗਭਗ। ਇਹ ਨਹੀਂ ਪਤਾ ਕਿ ਲੋਕਾਂ ਸੀ ਪਾਸੇ ਨੂੰ ਪੈਣ ਜਾਂ ਕੀ ਹੋਣ, ਪਰ ਇਹਨਾਂ ਦੇ ਖਿਲਾਫ ਹਵਾ ਹੈਗੀ ਹੈ, ਦੂਜਿਆਂ ਦੇ ਹੱਕ 'ਚ ਹੋਵੇ ਨਾ ਹੋਵੇ, ਮਤਲਬ ਲੋਕਾਂ 'ਚ ਨਿਰਾਸ਼ਾ ਹੈ, ਗੁੱਸਾ ਹੈ ਬਹੁਤ ਜ਼ਿਆਦਾ, ਪਰ ਉਹਨੂੰ ਇਹ ਐਡਰੈਸ ਨਹੀਂ ਹੋ ਰਹੇ। ਇਹ ਆਪਣੀ ਛੋਟੀ ਮੋਟੀ ਨਟੰਕੀ ਜੱਫੀਆਂ ਪਾ ਲਈਆਂ, ਹੋਰ ਕਰ ਲਿਆ, ਮਰਨ ਵਰਤ ਉੱਥੇ ਹੜਤਾਲ ਕਰ ਲਈ ਜਾ ਕੇ, ਕਟਕੜ ਕਲਾਂ ਬਹਿ ਗਏ, ਮਤਲਬ ਇਹ ਚੀਜ਼ਾਂ ਦਾ ਭੁਗਤ ਤਾਂ ਹੁੰਦੀ ਹੈ। ਪਰ ਜਦੋਂ ਤੁਸੀਂ ਜਿਹੜੇ ਸਪੈਸ਼ਲ ਇਸ਼ੂ ਨੇ, ਇੱਕ ਬੰਦੇ ਨੂੰ ਭੁੱਖ ਲੱਗੀ ਹੋਈ ਹੈ, ਉਹ ਮਤਲਬ ਪਿੱਟ ਰਿਹਾ, ਤੇ ਤੁਸੀਂ ਉਹਨੂੰ ਕਹੀ ਜਾ ਰਹੇ ਹੋ ਚੱਲ ਤੈਨੂੰ ਫਿਲਮ ਦਿਖਾਉਂਦੇ ਹਾਂ, ਮਤਲਬ ਇੱਦਾਂ ਨਹੀਂ ਚੱਲਦਾ ਹੁੰਦਾ। ਸੋ ਉਹ ਚੀਜ਼ ਅੱਛਾ, ਦਿਨੋਂ ਦਿਨ ਆਹ ਹੋਰ ਭਾਂਡੇ ਫੁੱਟੀ ਜਾ ਰਹੇ ਨੇ, ਜਿਸ ਤਰੀਕੇ ਦੇ ਨਾਲ ਹੁਣ ਮਾਈਨਿੰਗ ਵਾਲਾ ਹੋਇਆ, ਪਹਿਲਾਂ ਸ਼ਰਾਬ ਵਾਲਾ ਭਾਂਡਾ ਵੀ ਫੁੱਟਿਆ, ਦੇਖੋ ਮਤਲਬ ਨਜਾਇਜ਼ ਸ਼ਰਾਬ ਬਣਦੀ ਵੀ ਹੈ, ਵਿਕਦੀ ਵੀ ਹੈ, ਲੋਕ ਪੀ ਪੀ ਮਰ ਵੀ ਰਹੇ ਨੇ, ਤਾਂ ਸਾਹਮਣੇ ਹੈ ਨਾ, ਤੱਥਾਂ ਨੂੰ ਕਿਵੇਂ ਲੁਕੋਵਾਂਗੇ।
एंड ऑर्डर बारे तो जिन्ना ना कुछ कहा जाए मेरे ख्याल चुप्पी भली है। सो ये लोग आम बंदे का दर्द नहीं समझ रहे सर। आम बंदा फिर अपना दर्द इन्हों नहीं किसी होर सुनाऊगा। बिल्कुल बिल्कुल बिल्कुल। चलो डॉक्टर साहब, तुसी साडे नाल प्रोग्राम च जुड़े, तुहाडा बहुत बहुत धन्यवाद। शुक्रिया सुखविंदर जी, श्रोतियां दा, दर्शकों का, सबना का बहुत बहुत शुक्रिया। थैंक यू। जी ताए सन डॉक्टर हरविंदर सिंह भट्टी साहब जिन्हों के वालों ने हम खबर साढ़े नाल गलबात की थी। उम्मीद करते हैं कि भट्टी साहब की गलबात तुहानू जरूर पसंद आई हो। दोबारा फिर मिलेंगे। धन्यवाद।